एक आम मुसलमान को बुनियादी में क्या सीखना फर्ज है नाता सुनकर झुमदा जो सीखया जब छिरके पढ़या जाएगा उससे कावड़ी क्योंकि जो रेगिस्तान में मर जाए प्यासा उस पर तर्स नहीं आता लेकिन जो दरिया के किनारे प्यासा मर जाए उस पर है जिसके घर में कुरान था ना उसके अब्बे ने से पढ़ा ना ने ना खुद और वो शिर्क पे मर गया तो मुसलमानों अमानी थे फैसले नहीं होने घर बैठे नमाज भी ना हो गया घर बैठे कोई रवे मैं जनती रात जुत्ती किसावे दरबारा तो शाही कोई नहीं अमानी फैसले नहीं होने फैसले अल्लाह पाक बात होने ਰੀਅਲ ਫੈਸਲੇ ਹੋਣੇ ਨੇ ਹਕੀਕਤ ਦੇ ਫੈਸਲੇ ਹੋਣੇ ਨੇ ਇਹ ਜਿਹੜੇ ਮੌਲਵੀਆਂ ਨੇ ਸਾਡਾ ਦਿਮਾਗ ਖਰਾਬ ਕਰ ਦਿੱਤਾ ਹੈ ਨਾ ਬਜ਼ਾਰਾਂ ਜ ਨਹੀਂ ਵੇਖਿਆ ਜੇ ਮਸਜਿਦ ਵਿੱਚ ਕਿੰਨੇ ਨੇ ਪੂਰੀ ਮੁਹੱਲੇ ਦੀ ਮਸਜਿਦ ਵਿੱਚ ਬੰਦੇ 10 ਤੇ ਬਜ਼ਾਰਾਂ ਦਾ ਹਾਲ ਵੇਖ ਲਿਆ ਜੇ ਕਦੇ ਮਸਜਿਦਾਂ ਨੂੰ ਲੁੱਟੀ ਪਉਂਦੀ ਵੇਖੀ ਨੇ ਰੀਅਲ ਲੁੱਡੀ ਦੀ ਵੀਡੀਓ ਆਈ ਹੋਈ ਹੈ ਵਾਇਰਲ ਹੋਈ ਪਈ ਹੈ ये नज़र ये नियाद, ये जमीत ये ये सलाम ये उर्स ये कागज ये चादर ये अगरबत्ती ये मोमबत्ती ये मरीजा या ये खिचड़ा या या मलीदा हलवा सरबत कहते हैं नाजायज है उनसे पूछे क्यों नाजायज है क्या हुजूर के जमाने में नहीं था इसलिए नाजायज है उनसे कहिए कि हुजूर के जमाने में तो आप भी नहीं थे फलानेन्नत मन्नी है उस दरगाह उनके घर जोड़ा हुआ फलाने मन्नी कुछ मुंडा इकट्ठे हुए ਇਹ ਤਲੀ ਤੇ ਸਰੇਉ ਬਾਬਾ ਜਮਾ ਦਿੰਦਾ ਇਹ ਕੌਣ ਆਖਦਾ ਪਿਆ ਬੰਦਾ ਆਖਦਾ ਪਿਆ ਜਿਹੜਾ ਬੰਦਾ ਆਖਦਾ ਪਿਆ ਸ਼ੈਤਾਨ ਦਾ ਵਾਰੀਏ ਉਹ ਵੀ ਸ਼ੈਤਾਨ ਦੀ ਸ਼ਕਲ ਵਿੱਚ ਆਇਆ ਫਿਰਦਾ ਤੂੰ ਤੇ ਬੜਾ ਮਾਨੀ ਹੈ ਤੁਹਾਡਾ ਤਾਂ ਗਰਾਨਾ ਹੀ ਬੜਾ ਸਖੀ ਹੈ ਤੂੰ ਜਿਹੜਾ ਇਹ ਸਾਲ ਉੱਤੇ ਖਰਚਾ ਕੀਤਾ ਨਾ ਬਾਬੇ ਦੇ ਤੁਹਾਡੀ ਜਨਤਾ ਵੱਟ ਤੇ ਪਈਆਂ ਉਹਨਾਂ ਨੇ ਸਬਜ਼ ਬਾਗ ਵਖਾੰਦਾ ਇਹ ਬਜ਼ੁਰਗਾਂ ਨੂੰ ਮੰਨਣ ਵਾਲਿਆਂ ਨੂੰ ਨਮਾਜ਼ਾਂ ਦੀ ਲੋੜ ਨਹੀਂ ਹੁੰਦੀ ਇਹਨਾਂ ਦਾ ਭੱਠਾ ਬੈਠਾ ਬਿਠਾਇਆ ਹੁੰਦਾ ਇਹ ਨਮਾਜ਼ ਪੜਨ ਤੇ ਭਾਵੇਂ ਨਾ ਪੜੇ ਨਾ ਇਹਨਾਂ ਦਾ ਰੋਲਾ ਨਹੀਂ ਹੈ ਕਿਉਂਕਿ ਕਬੂਲ ਤਾਂ ਹੋਣੀ ਨਹੀਂ ਆਪਕੇ ਬਾਬੇ ਹਨ ਉਹਨੂੰ ਮੈਂ ਕਹਦਾਂ ਕੋਈ ਸ਼ੈਤਾਨ ਹੈ यह एक अरबी का उसलूब है कि नफी इस है। तो इस तना इस्तेमाल करिए तो पैदा हो जाती उस जुमले मांतना किसा इलाह नैतान के, ना। के इला ना। वादे होंगे ही धोखे ने तू वापसी का रस्ता नहीं ओ लरवाजे बंद मुश्रकीन वाद अल्लाह हक्का अल्लाह का सच्चा वादा है शैतान का वादा कूड़ा वादा ਅੱਲਾ ਦਾ ਵਾਦਾ ਸੱਚਾ ਵਾਦਾ ਵਾ ਮਨ ਅਸਦਾ ਕੋ ਮੇਨ ਅੱਲਾ ਹੀ ਕੀਲਾ ਔਰ ਵਾਦੇ ਨੂੰ ਪੂਰਾ ਕਰਨੇ ਸਭ ਤੋਂ ਸੱਚੀ ਬਾਤ ਕਿਸ ਦੀ ਅੱਲਾ ਦੀ ਹਾਏ 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 ਕਿ ਕੋਈ ਇਹ ਅਡੀ ਬੁਜਾਰਤ ਹੈ ਜਿਹੜੀ ਨਹੀਂ ਸਮਝ ਆਉਂਦੀ ਪਈ ਬਈ ਅੱਲਾ ਤੋਂ ਇਲਾਵਾ ਕੋਈ ਮਾਲਕ ਨਹੀਂ ਕਿਸੇ ਦੇ ਹੱਥ 'ਚ ਕੁਝ ਨਹੀਂ ਤੇ ਫਿਰ ਜਿਹੜੀ ਆ ਬੱਕ ਬੱਕ ਮੌਲਵੀ ਕਰਦੇ ਨੇ ਬਈ ਨਹੀਂ ਫਲਾਣੀ ਦਰਗਾਹ ਦੇ ਹੱਥ 'ਚ ਫਲਾਣੀ ਦਰਗਾਹ ਦੇ ਹੱਥ 'ਚ ਫਲਾਣੀ ਦਰਗਾਹ ਉਹਨੂੰ ਮੈਂ ਕੀ ਅਖ ਉਹ ਸਿੱਧਾ ਜਿਹਾ ਨਾਮ ਹੁੰਦਾ ਸ਼ਿਰਕ ਹੈ ਉਹ ਮੌਲਵੀ ਕਿਸੇ ਪੀਐਚਡੀ ਮੌਲਵੀ ਦੇ ਅੱਖੇ ਆ ਬਦਲ ਨਹੀਂ ਜਾਣਿਆ ਸ਼ਿਰਕ ਸ਼ਿਰਕ ਤੌਹੀਦ ਨਹੀਂ ਹੋਣੀ ਜਾਣੀ ਇਹ ਕੁਰਾਨ ਨੇ ਜੋ ਕੁਝ ਆਖਿਆ ਉਹ ਹੋਣਾ ਤੇ ਕੁਰਾਨ ਆਖਦਾ ਲਿਲਾ ਲਿਲਾਹ ਮਾਕਿਸਾ ਮਾਵਾਤ ਮਾਲਕ ਅੱਲਾ ਤਸਰਫਾਤ ਉਸਦੇ ਬਾਦਸ਼ਾਹੋ ਤਦਬੀਰਾ ਸਮਾਨਾਂ ਦੀਆਂ ਹੁੰਦੀਆਂ ਨੇ ਦੇ ਵਿੱਚ ਕਿਹੜਾ ਫਲਸਫਾ ਜਿਹੜਾ ਨਹੀਂ ਤਾਂ ਬਜਾਇਆ ਭਾਈ ਯਾਕਮ ਅਨਿਤਕੁਲਾ

ਕਾਰਸਾਜੀ ਕਰਦਾ ਪਿਆ ਹੈ ਓਏ ਤੁਹਾਡੀ ਕਾਰਸਾਜੀ ਨਾ ਕਰ ਸਕਸੀ ਆਸਮਾਨ ਅੰਨੇ ਜੇ ਵੇਖਦੇ ਨਹੀਂ ਪੈ ਜੇ ਇਕੱਲੀ ਮੇਰੀ ਮੰਦਾ ਪਿਆ ਇਹਨੂੰ ਅਸਮਾਨ ਨੂੰ ਠੱਲਣੇ ਕਿਹੜਾ ਪੀਰ ਕুতਬ ਸ਼ਾ ਸ਼ਰੀਫ ਕੋਈ ਹੈ ਕੋਈ ਸ਼ਰੀਫ ਹੈ ਆਸਮਾਨ ਮੇਰੀ ਮੰਨ ਕੇ ਖਲੋਤਾ ਹੋਇਆ ਜੇ ਤੁਸੀਂ ਨਾ ਮੰਨੋ ਇਨਸਾਨਾਂ ਨੂੰ ਇੱਕ ਪਾਸੇ ਰੱਖ ਲਓ ਇਹਨਾਂ ਦੀ ਕਾਰਸਾਜੀ ਤਾਂ ਪੀਰ ਫਕੀਰਾਂ ਦੇ ਹੱਥੇ ਚ ਹੈ ਨਾ ਓਏ ਬਾਕੀ مخلوਕ ਦਾ ਅੰਦਾਜ਼ਾ ਲਾ ਲਓ ਇਨਸਾਨ ਬਾਕੀ مخلوਕ ਦੇ ਮੁਕਾਬਲੇ ਤਾਂ ਜੂੰਗੇ ਵਿੱਚ ਵੀ ਨਹੀਂ ਆਉਂਦੇ ਤੇ ਉਹਨਾਂ ਦੀ ਕਾਰਸਾਜੀ ਮੈਂ ਕਰਦਾ ਪਿਆ ਤੇ ਤੁਹਾਡੀ ਕਾਰਸਾਜੀ ਨਾ ਕਰ ਸਕਸੀ Bem, eu bem naquilo!